ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ। ਅੱਜ ਆਪਾਂ ਬਣਾਵਾਂਗੇ ਆਟੇ ਦੇ ਮਾਲਪੂੜੇ, ਅਤੇ ਚਲੋ ਸ਼ੁਰੂ ਕਰਦੇ ਹਾਂ ਵੀਡੀਓ। ਸਭ ਤੋਂ ਪਹਿਲਾਂ ਇੱਕ ਬੋਲ ਲਵਾਂਗੇ, ਬੋਲ ਦੇ ਵਿੱਚ ਇੱਕ ਕੱਪ ਆਟੇ ਦਾ ਪਾਵਾਂਗੇ ਆਪਾਂ, ਅੱਧਾ ਚਮਚ ਇਲਾਇਚੀ ਪਾਊਡਰ ਪਾਵਾਂਗੇ, ਇੱਕ ਚਮਚ ਚੀਨੀ ਦਾ ਪਾ ਦਾਂਗੇ ਇਹਦੇ ਵਿੱਚ। ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ। ਮਿਕਸ ਕਰਨ ਤੋਂ ਬਾਅਦ ਇੱਕ ਕੱਪ ਦੁੱਧ ਦਾ ਥੋੜ੍ਹਾ ਥੋੜ੍ਹਾ ਕਰਕੇ ਇਹਦੇ ਵਿੱਚ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰਾਂਗੇ। ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਯੂਟਿਊਬ, ਇੰਸਟਾਗ੍ਰਾਮ ਅਤੇ ਫੇਸਬੁੱਕ ਦੇ ਪੇਜ ਤੋਂ। ਜੇ ਤੁਸੀਂ ਪੇਜ ਨੂੰ ਹਜੇ ਤੱਕ ਫੋਲੋ ਨਹੀਂ ਕੀਤਾ, ਫੋਲੋ ਕਰ ਲੈਣਾ, ਅਤੇ ਯੂਟਿਊਬ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ। ਚੰਗੀ ਤਰ੍ਹਾਂ ਮਿਕਸ ਕਰਨਾ, ਕੋਈ ਲੰਬਸ ਨਾ ਰਹੇ ਇਹਦੇ ਵਿੱਚ, ਅਤੇ ਦੁੱਧ ਹੋਰ ਪਾਵਾਂਗੇ ਆਪਾਂ। ਬਿਲਕੁਲ ਸੋਫਟ ਕੰਸਿਸਟੈਂਸੀ ਬਣਾਉਣੀ ਹੈ ਇਹਦੀ ਆਪਾਂ, ਅਤੇ ਇਹਦੇ ਵਿੱਚ 2 ਚਮਚ ਆਪਾਂ ਮਲਾਈ ਦੇ ਪਾਵਾਂਗੇ। ਤਾਜ਼ੀ ਮਲਾਈ ਪਾ ਸਕਦੇ ਹਾਂ, ਫਰੈਸ਼ ਨਹੀਂ ਤਾਂ ਅਮੁੱਲ ਦੀ ਕਰੀਮ ਵੀ ਪਾ ਸਕਦੇ ਹਾਂ ਇਹਦੇ ਵਿੱਚ, ਅਤੇ ਚੰਗੀ ਤਰ੍ਹਾਂ ਇਹਨੂੰ ਮਿਕਸ ਕਰਾਂਗੇ। 1 ਕੱਪ ਆਟੇ ਦੇ ਵਿੱਚ ਆਪਣਾ 1.5 ਕੱਪ ਦੁੱਧ ਦਾ ਲੱਗਿਆ, ਅਤੇ 2 ਚਮਚ ਮਲਾਈ ਦੇ। ਹੁਣ ਇਹਨੂੰ 15 ਮਿੰਟ ਲਈ ਰੈਸਟ 'ਤੇ ਰੱਖ ਦਾਂਗੇ। ਦੂਸਰੀ ਸਾਈਡ ਹੁਣ ਆਪਾਂ ਚਾਸ਼ਨੀ ਬਣਾਵਾਂਗੇ, ਜਿਹਦੇ ਲਈ ਇੱਕ ਕੌਲੀ ਆਪਾਂ ਚੀਨੀ ਦੀ ਲਈ ਹੈ, ਅਤੇ 1 ਕੌਲੀ ਆਪਾਂ ਇਹਦੇ 'ਚ ਪਾਣੀ ਦੀ ਪਾ ਕੇ, ਅਤੇ 1/2 ਚਮਚ ਇਲਾਇਚੀ ਪਾਊਡਰ ਪਾਵਾਂਗੇ। ਅਤੇ ਇਹਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਚੀਨੀ ਘੁਲਣ ਤੱਕ, ਅਤੇ ਜ਼ਿਆਦਾ ਗਾੜੀ ਨਹੀਂ ਇਹ ਕਰਨੀ ਹੈਗੀ, ਹਲਕੀ ਜਿਹੀ ਬਸ ਕਰਨੀ ਹੈ। ਕੋਈ 1 ਤਾਰ ਦੀ ਚਾਸ਼ਨੀ ਨਹੀਂ ਬਣਾਉਣੀ, ਬਸ ਆਪਾਂ ਇੱਥੇ ਚੀਨੀ ਨੂੰ ਹੀ ਮੈਲਟ ਕਰਨਾ। ਚਾਸ਼ਨੀ ਤਿਆਰ ਹੈ। ਹੁਣ ਆਪਾਂ ਇੱਕ ਹੋਰ ਪੈਨ ਲਵਾਂਗੇ, ਇਹਦੇ ਵਿੱਚ ਆਪਾਂ ਦੇਸੀ ਘਿਓ ਪਾਵਾਂਗੇ। ਤੁਸੀਂ ਇਹਦੇ 'ਚ ਓਲਿਵ ਆਇਲ ਜਾਂ ਕੋਈ ਹੋਰ ਆਇਲ ਵੀ ਪਾ ਸਕਦੇ ਹੋ, ਸਰੋਂ ਦਾ ਤੇਲ ਨਹੀਂ ਲੈ ਸਕਦੇ ਇਹਦੇ ਵਿੱਚ। ਹੁਣ ਇਹਦੇ ਵਿੱਚ ਆਪਾਂ ਜਿਹੜਾ ਬੈਟਰ ਬਣਾਇਆ ਸੀ ਉਹ ਕੜਛੀ ਦੀ ਸਹਾਇਤਾ ਦੇ ਨਾਲ ਪਾਵਾਂਗੇ। ਚਮਚੇ ਦੇ ਨਾਲ ਆਪਾਂ ਇਹਦੇ ਉੱਪਰ ਘਿਓ ਪਾ ਦਾਂਗੇ, ਇਹਨੇ ਆਪਣੇ ਆਪ ਹੀ ਤਲਾ ਛੱਡ ਦੇਣਾ। ਬਹੁਤ ਵਧੀਆ ਬਣ ਕੇ ਤਿਆਰ ਹੋਏ, ਬਹੁਤ ਹੀ ਜ਼ਿਆਦਾ ਸੌਫਟ ਬਣੇ। ਸਾਉਣ ਦੇ ਮਹੀਨੇ ਦੇ ਵਿੱਚ ਆਪਾਂ ਸਾਰੇ ਜ਼ਰੂਰ ਬਣਾਉਂਦੇ ਹਾਂ ਮਾਲਪੂੜੇ, ਅਤੇ ਤੁਸੀਂ ਵੀ ਬਣਾਇਓ ਅਤੇ ਬਣਾ ਕੇ ਦੱਸਿਓ ਸਾਨੂੰ ਤੁਹਾਡੇ ਕਿੱਦਾਂ ਦੇ ਬਣੇ ਮਾਲਪੂੜੇ। ਹੋਰ ਪਾ ਦਾਂਗੇ ਆਪਾਂ ਇਹਦੇ ਵਿੱਚ ਬੈਟਰ, ਅਤੇ ਮਾਲਪੂੜਾ ਬਣ ਗਿਆ। ਇੱਕ ਜਗ੍ਹਾ 'ਤੇ ਪਾ ਕੇ ਆਪਾਂ ਇਹਨੂੰ ਪੋਰ ਕਰ ਦੇਣਾ, ਅਤੇ ਆਪਣੇ ਆਪ ਹੀ ਇਹ ਤਲਾ ਛੱਡ ਕੇ ਉੱਪਰ ਆ ਜਾਂਦੇ, ਫਲੋਟਿੰਗ ਕਰਨ ਲੱਗ ਜਾਂਦੇ ਨੇ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ, ਅਤੇ ਜੇ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਜ਼ਰੂਰ ਫੋਲੋ ਕਰ ਦਿਓ। ਇਹਨੂੰ ਮਾਲਪੂੜੇ ਨੂੰ ਕੱਢ ਕੇ ਆਪਾਂ ਇਹਨੂੰ ਚਾਸ਼ਨੀ ਦੇ ਵਿੱਚ ਪਾ ਦਾਂਗੇ, ਅਤੇ ਤਿਆਰ ਨੇ ਆਪਣੇ ਮਾਲਪੂੜੇ। ਤੁਸੀਂ ਵੀ ਬਣਾਇਓ ਤਾਂ ਸਾਨੂੰ ਜ਼ਰੂਰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਵੀਡੀਓ। ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ। ਧੰਨਵਾਦ ਜੀ।